ਸਭ ਤੋਂ ਪਹਿਲਾਂ ਤਾਂ ਪੰਜਾਬੀ ਕਲਮਾਂ ਦਾ ਕਾਫਲਾ ਦੀ ਮੀਟਿੰਗ ਦੇ ਵਿੱਚ ਨਵੀਂ ਜਗ੍ਹਾ 'ਤੇ ਸਭ ਦਾ ਸਵਾਗਤ ਹੈ। ਸਾਡੇ ਅੱਜ ਦੇ ਏਜੰਡੇ ਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਸੀ, ਪਰੋਜ਼ ਬਾਰੇ ਗੱਲ ਕਰਨੀ ਹੈ ਕਿ ਪਰੋਜ਼ ਦੇ ਗੁਣ ਹੁੰਦੇ ਕੀ ਨੇ, ਕਿਹੜੀ ਚੀਜ਼ ਹੈ ਜਿਹੜੀ ਆਮ ਲਿਖਤ ਜਿਹੜੀ ਹੈ ਇੱਕ ਉਸਨੂੰ ਪਰੋਜ਼ ਦਾ ਜਿਹੜਾ ਹੈ ਵਾਰਤਕ ਕਿਹਾ, ਅਸਲੀ ਵਾਰਤਕ ਜਿਹੜੀ ਦਿਲਚਸਪ ਵਾਰਤਕ ਹੈ ਉਸਦਾ ਮੁੱਖ ਦਿੰਦੀ ਹੈ, ਉਹਦੇ ਬਾਰੇ ਪ੍ਰਿੰਸੀਪਲ ਸਰਵਣ ਸਿੰਘ ਹੋਰੀ ਗੱਲਬਾਤ ਕਰਨਗੇ। ਕੋਈ 20-25 ਮਿੰਟ ਲੇਟ ਜਿਹੜੀ ਸ਼ੁਰੂ ਹੋਈ ਹੈ, ਇਸ ਕਰਕੇ ਬਹੁਤਾ ਸਮਾਂ ਨਾਲ ਇੱਥੇ ਹੋਈ। ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਪਲੀਜ਼ ਜਿਹੜਾ ਉਹ ਸਾਡਾ ਜਿਹੜਾ ਫਿਰੋਜ਼ ਬਾਰੇ ਹੈ, ਕਿਉਂਕਿ ਕਾਫਲੇ ਦਾ ਨਿਸ਼ਾਨਾ ਵੀ ਕਿਹਾ ਕਿ ਅਸੀਂ ਸਿਰਫ ਇੱਥੇ ਕਵਿਤਾਵਾਂ ਨਹੀਂ ਸੁਣਾਉਣਾ, ਅਸੀਂ ਸਾਹਿਤ ਦੀ ਬਿਹਤਰੀ ਲਈ ਵੀ ਗੱਲਾਂ ਬਾਤਾਂ ਕਰਨੀਆਂ ਨੇ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਰਾਗਾਂ ਬਾਰੇ ਗੱਲ ਕੀਤੀ ਸੀ, ਗਜ਼ਲ ਬਾਰੇ ਗੱਲ ਕੀਤੀ ਸੀ, ਅਤੇ ਇਸ ਵਾਰੀ ਅਸੀਂ ਫਿਰੋਜ਼ ਬਾਰੇ ਗੱਲਬਾਤ ਕਰ ਰਹੇ ਹਾਂ, ਅਤੇ ਪ੍ਰਿੰਸੀਪਲ ਸਰਵਣ ਸਿੰਘ ਹੋਰੀ ਜਿਨ੍ਹਾਂ ਦਾ ਫਿਰੋਜ਼ ਦੇ ਵਿੱਚ ਬਹੁਤ ਅੱਛਾ ਨਾਂ ਹੈ, ਉਹ ਅੱਜ ਸਾਡੇ ਨਾਲ ਗੱਲਬਾਤ ਸਾਂਝੀ ਕਰਨ ਵਾਲਾ ਸੀ। ਮੈਨੂੰ 2-3 ਦਿਨ ਪਹਿਲਾਂ ਖਹਿਰਾ ਜੀ ਦਾ ਫੋਨ ਆਇਆ ਕਿ ਤੁਸੀਂ ਵਾਰਤਕ ਉੱਤੇ ਗੱਲ ਕਰਨੀ ਹੈ। ਮੇਰੇ ਲਈ ਵਾਰਤਕ ਬਾਰੇ ਗੱਲ ਕਰਨ ਦੀ ਕੋਈ ਤਿਆਰੀ ਦੀ ਤਾਂ ਮੈਂ ਲੋੜ ਨਹੀਂ ਸਮਝਦਾ ਸੀਗਾ। ਮੈਂ ਮਹਿਸੂਸ ਕਰਦਾ ਕਿ ਜਿਹੜੀ ਵਾਰਤਕ ਮੈਂ ਪਿਛਲੇ 50-55 ਸਾਲਾਂ ਤੋਂ ਲਿਖਦਾ ਆ ਰਿਹਾ, ਉਹਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਾਂ। ਇਹਦੇ ਨਾਲ ਅਸੀਂ ਇੱਕ ਦੂਜੇ ਕੋਲੋਂ ਕੁਝ ਨਾ ਕੁਝ ਸਿੱਖ ਸਕਦੇ ਹਾਂ ਅਤੇ ਆਪਣੇ ਲਿਖਣ ਢੰਗ ਦੇ ਵਿੱਚ ਉਹਦੀ ਵਰਤੋਂ ਕਰ ਸਕਦੇ ਹਾਂ। ਵਾਰਤਕ ਮੈਂ ਸਮਝਦਾ ਕਿ ਸ਼ਬਦਾਂ ਦੀ ਖੇਡ ਹੈ। ਜਿਵੇਂ ਹਾਕੀ ਦੇ ਮੈਦਾਨ ਦੇ ਵਿੱਚ ਬਾਲ 'ਤੇ ਹਾਕੀ ਦੇ ਨਾਲ ਖੇਡੀਦਾ, ਉਵੇਂ ਜਿਵੇਂ ਵਾਰਤਕ ਲਿਖਦਿਆਂ ਸ਼ਬਦਾਂ ਅਤੇ ਕਲਮ ਦੇ ਨਾਲ ਖੇਡੀਦਾ। ਸ਼ਬਦ ਨੇ ਕਿ ਉਹਨਾਂ ਨੂੰ ਕਿਵੇਂ ਵਰਤਣਾ, ਕਿਵੇਂ ਉਹਨਾਂ ਰਾਹੀਂ ਗੋਲ ਕਰਨਾ, ਕਿਵੇਂ ਉਹਨਾਂ ਰਾਹੀਂ ਅਸੀਂ ਨਿਸ਼ਾਨੇ 'ਤੇ ਹਿੱਟ ਕਰਨਾ। ਦਰਸ਼ਕ ਜਿਹੜੇ ਗੇਮ ਦੇਖਦੇ ਆ, ਉਹ ਦੇਖਦੇ ਵੀ ਕਿਵੇਂ ਗੇਂਦ ਦੀ ਡ੍ਰਿਬਲਿੰਗ ਹੋ ਰਹੀ ਆ, ਕਿਵੇਂ ਗੇਂਦ ਦਾ ਛੋਟਾ ਪਾਸ ਹੈ, ਕਿਵੇਂ ਲੋੜ ਪੈਣ 'ਤੇ ਲੰਬਾ ਪਾਸ ਹੈ, ਕਿਵੇਂ ਉਹਦੇ ਪਿੱਛੇ ਖਿਡਾਰੀ ਦੌੜ ਤੇਜ਼ ਹੈ ਮੱਠੀ ਹੈ, ਕਿਵੇਂ ਉਹ ਆਪਣੇ ਟੀਚੇ 'ਤੇ ਪਹੁੰਚਦਾ, ਔਰ ਕਿਵੇਂ ਫਿਰ ਦਰਸ਼ਕਾਂ ਤੋਂ ਵਾਹ ਵਾਹ ਕਰਵਾਉਂਦਾ, ਤਾੜੀਆਂ ਵਜਾਉਂਦਾ। ਜਦੋਂ ਮੈਂ ਪਿੱਛੇ ਨਜ਼ਰ ਮਾਰਦਾ ਕਿ ਵੀ ਜੇਕਰ ਕੁਝ ਸੱਜਣਾ ਨੇ ਮੇਰੀ ਵਾਰਤਕ ਨੂੰ ਸਲਾਹਿਆ ਤਾਂ ਉਹਦਾ ਕੀ ਕਾਰਨ ਹੋ ਸਕਦਾ। ਡਾਕਟਰ ਭਜਨ ਸਿੰਘ ਨੇ ਸ਼ਬਦਾਂ ਤੋਂ ਲੱਭੀਆਂ ਕਹਿ ਦਿੱਤਾ, ਕਮਲ ਨੇ ਜਸਵੰਤ ਸਿੰਘ ਕਮਲ ਨੇ ਖੇਡਾਂ ਦਾ ਬਣਜਾਰਾ ਕਹਿ ਦਿੱਤਾ, ਵਰਿਆਮ ਸਿੰਘ ਸੰਧੂ ਨੇ ਤਾਂ ਉੱਚਾ ਬੁਰਜੀ ਕਹਿ ਦਿੱਤਾ। ਵੀ ਗੱਲ ਕੀ ਹੈ ਕਿ ਕਿਸ ਢੰਗ ਦੇ ਨਾਲ ਮੇਰੀ ਵਾਰਤਕ ਨੂੰ ਉਹਨਾਂ ਨੇ ਦੇਖਿਆ ਅਤੇ ਮੈਂ ਕਿਸ ਢੰਗ ਦੇ ਨਾਲ ਆਪਣੀ ਵਾਰਤਕ ਰਚ ਰਿਹਾ। ਮੈਂ ਜਦ ਪਿੱਛੇ ਨਜ਼ਰ ਮਾਰਦਾ ਤਾਂ ਮੈਨੂੰ 1956 ਦਾ ਉਹ ਦਿਨ ਯਾਦ ਆ ਰਿਹਾ ਜਦੋਂ ਮੈਂ ਕਾਲਜ ਦੇ ਵਿੱਚ ਪਹਿਲੇ ਦਿਨ ਗਿਆ ਸੀ। ਤਾਂ ਉਹ ਪਹਿਲੇ ਦਿਨ
ਸਾਡੇ ਪ੍ਰੋਫੈਸਰ ਗੁਰਬਖਸ਼ ਸਿੰਘ ਸਚਦੇਵ ਨੇ ਕਿਹਾ ਕਿ ਤੁਸੀਂ ਇੱਕ ਲੇਖ ਲਿਖੋ। ਕਾਲਜ ਵਿੱਚ ਮੇਰਾ ਪਹਿਲਾ ਦਿਨ, ਅਤੇ ਇਹ ਲਿਖ ਕੇ ਲਿਆਉਣਾ ਤੁਸੀਂ, ਕੱਲ੍ਹ ਨੂੰ ਮੈਂ ਤੁਹਾਡੀਆਂ ਕਾਪੀਆਂ ਲਿਖਣੀਆਂ। ਮੈਂ ਇਹ ਲੇਖ ਲਿਖਿਆ, ਕਾਪੀ ਦੇ 3-4 ਸਫ਼ੇ ਹੋਣਗੇ। ਉਹਨਾਂ ਨੇ ਹਰ ਇੱਕ ਦੀ ਕਾਪੀ ਵੇਖੀ, ਕਾਪੀ 'ਤੇ ਨਜ਼ਰ ਮਾਰ ਕੇ ਉਹ ਦੇਖਦੇ ਸੀ ਵੀ ਇਹ ਪੰਜਾਬੀ ਪੜ੍ਹਨ ਦੇ ਯੋਗ ਹੈਗਾ ਜਾਂ ਕਿਹੋ ਜਿਹੀ ਇਹਦੀ ਪੰਜਾਬੀ ਆ, ਉਹਦੀ ਲਿਖਾਈ ਕਿਹੋ ਜਿਹੀ ਆ, ਸ਼ਬਦ ਜੋੜ ਕਿਹੋ ਜਿਹੇ ਆ, ਅਤੇ ਉਹਦੀ ਸ਼ਬਦਾਵਲੀ ਵਾਕ ਬਣਤਰ ਕਿਹੋ ਜਿਹੀ ਹੈ। ਉਹਨਾਂ ਨੇ ਮੈਨੂੰ ਜਿਹੜਾ ਮੇਰਾ ਲਿਖਿਆ ਹੋਇਆ ਸੀਗਾ ਨਾ 3-4 ਸਫ਼ੇ ਪੜ੍ਹ ਕੇ, ਮੈਨੂੰ ਕਹਿੰਦੇ ਵੀ ਇਹ ਪੜ੍ਹ ਕੇ ਸੁਣਾ ਸਾਰਿਆਂ ਨੂੰ। ਮੈਂ ਪੜ੍ਹ ਕੇ, ਜਿਸ ਤਰ੍ਹਾਂ ਆਪਾਂ ਕਲਾਸਾਂ ਦੇ ਵਿੱਚ ਉਹਦੇ ਸਰ ਟੀਚਰ ਕਹਿ ਦਿੰਦੇ ਸੀਗੇ ਤੂੰ ਪੜ੍ਹ, ਉਹ ਮੈਂ ਪੜ੍ਹ ਕੇ ਸੁਣਾਇਆ। ਅਤੇ ਉਸ ਤੋਂ ਬਾਅਦ ਗੁਰਬਖਸ਼ ਸਿੰਘ ਸਚਦੇਵ ਹੋਰਾਂ ਨੇ ਕਮੈਂਟ ਕੀਤਾ ਵੀ ਇਹਦੇ 'ਚੋਂ ਤੁਸੀਂ ਦੇਖੋ ਵੀ ਤੁਹਾਨੂੰ ਕਿਹੜੀ ਗੱਲ ਚੰਗੀ ਲੱਗੀ। ਹੁਣ ਵਿਦਿਆਰਥੀਆਂ ਨੂੰ ਤਾਂ ਸਾਰੇ ਇੱਕੋ ਜਿਹੇ ਸੀਗੇ, ਨਾ ਮੈਨੂੰ ਪਤਾ ਸੀਗਾ। ਉਹ ਕਹਿੰਦੇ ਵੀ ਦੇਖੋ ਇਹਦੇ ਵਿੱਚ ਇਸਨੇ ਕਾਲਜ ਦੇ ਨਲਕੇ ਦੇ ਪਾਣੀ ਦਾ ਸਵਾਦ, ਕਾਲਜ ਦੇ ਨਲਕੇ ਦੀ ਜਿਹੜੀ ਆਵਾਜ਼ ਹੈ ਉਹ ਚੀਕਦਾ, ਇਹਦੇ ਵਿੱਚ ਜਿਹੜੇ ਇਮਾਰਤਾਂ ਦੇ ਆਕਾਰ ਨੇ ਉੱਚੇ ਅਤੇ ਨੀਵੇਂ, ਬੁਰਜ ਉੱਚੇ ਨੇ, ਨੀਵੇਂ ਇਹਦੇ ਪਾਸੇ ਕਮਰੇ ਨੇ, ਇਹਦੇ ਵਿੱਚ ਲਾਂ ਦਾ ਹਰਾ ਭਰਾ ਘਾਹ, ਇਹ ਝੂਮ ਦੇ ਰੁੱਖ, ਇੱਕ ਪਾਸੇ ਸਾਈਕਲਾਂ ਦੀ ਲਾਈਨ, ਇੱਕ ਪਾਸੇ ਜਿਹੜੇ ਮੁੰਡੇ ਅਤੇ ਕੁੜੀਆਂ ਉਹ ਤੁਰੇ ਫਿਰਦੇ ਅਤੇ ਉਹਨਾਂ ਦੇ ਕੱਪੜੇ, ਇਹ ਸਾਰਾ ਕੁਛ ਇਹਨੇ ਤਿੰਨਾਂ ਚੋਂ ਸਰਦਾਂ 'ਚ ਪੇਸ਼ ਕੀਤਾ। ਮੈਨੂੰ ਇਹਦੀ ਜਿਹੜੀ ਲਿਖਣ ਦਾ ਢੰਗ ਹੈ ਇਹ ਬੜਾ ਵਧੀਆ ਲੱਗਿਆ, ਅਤੇ ਮੈਂ ਚਾਹੂੰਗਾ ਕਿ ਵੀ ਤੁਸੀਂ ਵੀ ਇਸ ਤਰ੍ਹਾਂ ਜਿਹੜੇ ਤੁਸੀਂ ਵੀ ਲਿਖਿਆ ਉਹਨਾਂ 'ਚ ਇਹ ਚੀਜ਼ਾਂ ਗਾਇਬ ਨੇ, ਅਤੇ ਤੁਸੀਂ ਵੀ ਇਸ ਤਰ੍ਹਾਂ ਹੀ ਲਿਖਣ ਦੀ ਕੋਸ਼ਿਸ਼ ਕਰੋ। ਅਤੇ ਨਾਲੇ ਇਹ ਲੇਖ ਜਿਹੜਾ ਹੈਗਾ ਅਸੀਂ ਕਾਲਜ ਦੇ ਮੈਗਜ਼ੀਨ ਦੇ ਵਿੱਚ ਛਾਪਾਂਗੇ, ਦਾ ਜਿਹੜਾ ਕਿ ਮੈਂ ਮਤਲਬ ਉਂਝੇ ਸੁਭਾਵਕ ਹੀ, ਮੈਨੂੰ ਹੁਣ ਪਤਾ ਵੀ ਮੈਂ ਉਹ ਜਿਹੜਾ ਕੁਛ ਲੱਭ ਲਿਆ ਉਹ ਪ੍ਰੋਫੈਸਰ ਨੇ ਉਹ ਕੁਦਰਤੀ ਕਿਤੇ ਮੇਰੇ ਵਿੱਚ ਸੀਗਾ ਜਿਹੜਾ ਮੈਂ ਉਹਦੇ ਵਿੱਚ ਪੇਸ਼ ਕਰ ਸਕਿਆ। ਅਤੇ ਹੁਣ ਤਾਂ ਮੈਨੂੰ ਬੜਾ ਇਸ ਗੱਲ ਦਾ ਪਤਾ, ਚੰਗੀ ਤਰ੍ਹਾਂ ਪਤਾ ਹੈ ਕਿ ਵਾਰਤਕ ਦਾ ਇਹ ਗੁਣ ਹੈਗਾ ਕਿ ਤੁਸੀਂ ਵਾਰਤਕ ਦੇ ਵਿੱਚ ਕੈਸਾ ਦ੍ਰਿਸ਼ ਪੇਸ਼ ਕਰਦੇ ਹੋ। ਹੁਣ ਤਾਂ ਮੈਨੂੰ ਹੌਲੀ ਹੌਲੀ ਇੰਨਾ ਪਤਾ ਲੱਗ ਗਿਆ ਕਿ ਜਿਹੜਾ ਸ਼ਬਦ ਹੁੰਦਾ ਇਸ ਸ਼ਬਦ ਦੇ ਕਈ ਰੰਗ ਹੁੰਦੇ ਨੇ। ਸ਼ਬਦ ਦਾ ਜਿਹੜਾ ਆਪਣਾ ਆਕਾਰ ਹੈ ਨਾ, ਉਸ ਆਕਾਰ ਦਾ ਪਤਾ ਹੋਣਾ ਚਾਹੀਦਾ। ਜਿਹੜਾ ਮੈਂ ਸ਼ਬਦ ਪੇਸ਼ ਕਰ ਰਿਹਾ ਉਹ 3 ਅੱਖਰਾਂ, 2 ਅੱਖਰਾਂ, 4 ਅੱਖਰਾਂ, ਫਿਰ ਉਹ ਜਿਹੜਾ ਸ਼ਬਦ ਆ ਉਹਦੀ ਧੁਨੀ ਕਿਹੋ ਜਿਹੀ ਹੈ, ਫਿਰ ਉਸ ਸ਼ਬਦ ਦੀ ਜਿਹੜੀ ਧੁਨੀ ਆ ਨਾਲ ਉਹ ਸ਼ਬਦ ਅਰਥ ਕੀ ਦੇ ਰਿਹਾ, ਨਾਲ ਫਿਰ ਉਹ ਜਿਹੜਾ ਸ਼ਬਦ ਆ ਉਹਦੇ ਨਾਲ ਜਿਹੜਾ ਤੁਸੀਂ ਅਗਲਾ ਸ਼ਬਦ ਜੋੜਨਾ ਕੀ ਉਹਦੀ ਧੁਨੀ ਦੂਜੇ ਨਾਲ ਮੇਲ ਖਾਂਦੀ ਹੈ, ਕੀ ਉਹ ਸ਼ਬਦ ਦੂਜੇ ਸ਼ਬਦ ਦੇ ਨਾਲ ਜੁੜਦਾ, ਕੀ ਸ਼ਬਦ ਨੂੰ ਸ਼ਬਦ ਦੇ ਨਾਲ ਜੋੜਨ ਵੇਲੇ ਉਹਦੇ ਵਿੱਚ ਝਟਕਾ ਤਾਂ ਨਹੀਂ ਵੱਜਦਾ, ਕੀ ਉਹ ਜਿਹੜਾ ਸ਼ਬਦ ਹੈਗਾ ਜੋ ਤੁਸੀਂ ਦੂਜਾ ਸ਼ਬਦ ਜੋੜਦੇ ਆ, ਫਿਰ ਤੀਜਾ ਜੋੜਦੇ ਆ, ਫਿਰ ਚੌਥਾ ਜੋੜਦੇ ਆ, ਫਿਰ ਉਹਨੂੰ ਇੱਕ ਵਾਕ ਬਣਾਉਂਦੇ ਹੋ, ਕੀ ਉਹ ਵਾਕ ਆਪਣੇ ਆਪ ਦੇ ਵਿੱਚ ਪੂਰੇ ਦਾ ਪੂਰਾ ਕੋਈ ਮੁਕੰਮਲ ਉਹ ਕੋਈ ਚੀਜ਼ ਇਹੋ ਜਿਹੀ ਬਣ ਕੇ ਪ੍ਰਭਾਵਸ਼ਾਲੀ ਬਣਦਾ ਕਿ ਉਹ ਵਾਕ ਆਪਣੇ ਆਪ 'ਚ ਕਥਨ ਬਣਨ ਦੀ ਯੋਗਤਾ ਰੱਖਦਾ। ਤਾਂ ਇਹ ਚੀਜ਼ਾਂ ਦਾ ਤਾਂ ਹੌਲੀ ਹੌਲੀ ਮੈਨੂੰ ਨਾ ਇਹ ਲਿਖਦਿਆਂ ਲਿਖਦਿਆਂ ਗਿਆਨ ਹੋਇਆ, ਲਿਖਦਿਆਂ ਲਿਖਦਿਆਂ ਤਜਰਬਾ ਹੋਇਆ।
ਔਰ ਤੁਸੀਂ ਹੁਣ ਸੁਣ ਰਹੇ ਹੋ ਮੇਰੇ ਮੂੰਹੋਂ, ਅਤੇ ਮੈਂ ਮਹਿਸੂਸ ਕਰਦਾ ਕਿ ਕਹਾਣੀ ਲਿਖਣ ਵਾਲਾ, ਕਵਿਤਾ ਲਿਖਣ ਵਾਲਾ, ਔਰ ਇਵੇਂ ਜਿਵੇਂ ਹੀ ਨਾਟਕ ਦਾ ਡਾਇਲਾਗ ਲਿਖਣ ਵਾਲਾ ਜਾਂ ਕੁਝ ਵੀ ਲਿਖਣ ਵਾਲਾ, ਕੀ ਉਹ ਇਸੇ ਤਰੀਕੇ ਸੋਚਦਾ ਜਿਵੇਂ ਮੈਂ ਸੋਚ ਰਿਹਾ ਕਿ ਇੱਕ ਫਿਕਰਾ ਬਣਾਉਣਾ, ਫਿਕਰਾ ਗੁੰਦਣਾ, ਫਿਕਰੇ ਨੂੰ ਸ਼ਬਦਾਂ ਉਹਦੇ 'ਚ ਬੀੜਨਾ, ਉਹਦੇ ਲਈ ਜੇ ਲਿਖਣ ਵਾਲਾ ਸੋਚਦਾ ਨਹੀਂ, ਜੇ ਉਹਦੇ ਲਈ ਉਹ ਵਿਚਾਰ ਨਹੀਂ ਕਰਦਾ, ਜੇ ਉਹਦੇ ਦਾ ਉਹਦਾ ਅਭਿਆਸ ਨਹੀਂ ਕਰਦਾ, ਤਾਂ ਫਿਰ ਹੋ ਸਕਦਾ ਉਹਦੀ ਜਿਹੜੀ ਲਿਖਤ ਆ ਉਹ ਉਨੀ ਪ੍ਰਭਾਵਸ਼ਾਲੀ ਨਾ ਹੋਵੇ, ਉਨੀ ਨਾ ਪੜ੍ਹੀ ਜਾਵੇ, ਉਨੀ ਚੰਗੀ ਨਾ ਲੱਗੇ। ਮੈਂ ਤਿੰਨ ਚਾਰ ਫਿਕਰੇ ਆਪਣੀ ਜਿਹੜੀ ਕਿਤਾਬ ਆ ਮੇਰੀ, ਮੇਰੇ ਵਾਰਤਕ ਦੇ ਰੰਗ, ਇਹਦੇ 'ਚੋਂ ਪੁਸਤਕ ਦੀ ਮੁੱਖ ਬੰਧ ਦੇ ਵਿੱਚ ਹੀ ਲਿਖੇ ਨੇ। ਮੈਂ ਹੌਲੀ ਹੌਲੀ ਲਿਖਦਾ, ਕੋਈ ਵੱਡਾ ਨਹੀਂ ਫਿਕਰਾ, ਬਹੁਤ ਛੋਟਾ ਜਿਹਾ ਫਿਕਰਾ, ਪਹਿਲਾ ਫਿਕਰਾ ਕਿਤਾਬ ਦਾ, ਮੁੱਢਲਾ ਫਿਕਰਾ, ਹੌਲੀ ਹੌਲੀ ਲਿਖਦਾ। ਸੁਭਾਵਕ ਜਿਵੇਂ ਕਿ ਮੈਂ ਸਮਝਦਾ ਕਿ ਵਾਰਤਕ ਇੰਨੀ ਸਰਲ ਹੋਵੇ, ਇੰਨੀ ਸੁਭਾਵਕ ਹੋਵੇ, ਇੰਨੀ ਆਮਹਾਰੀ ਹੋਵੇ ਕਿ ਜਿਵੇਂ ਹਵਾ ਦਾ ਬੁੱਲਾ ਚੱਲ ਰਿਹਾ, ਜਿਵੇਂ ਪਾਣੀ ਵਹਿ ਰਿਹਾ, ਜਿਵੇਂ ਉਹਦੀ ਆਪਣੀ ਰਵਾਨੀ ਆ, ਉਹਦੇ ਵਿੱਚ ਕੋਈ ਵੀ ਝਟਕਾ ਨਾ ਹੋਵੇ, ਸਹਿਜ ਭਾਵ ਅਸਰ ਕਰੇ ਪੜ੍ਹਨ ਵਾਲੇ ਅਤੇ ਸੁਣਨ ਵਾਲੇ 'ਤੇ। ਛੋਟੇ ਛੋਟੇ ਵਾਕ ਵੀ ਵਾਰ ਵਾਰ ਸੋਧਦਾ, ਹੁਣ ਛੋਟਾ ਵਾਕ ਵੀ ਵਾਰ ਵਾਰ ਸੋਧਣਾ ਕੋਈ ਕਵਿਤਾ ਤਾਂ ਹੈ ਨਹੀਂ, ਪਰ ਮੈਂ ਸਮਝਦਾ ਹਾਂ ਕਿ ਵਾਰਤਕ ਦਾ ਆਪਣਾ ਪਿੰਗਲ ਹੈ। ਇਹ ਕਈਆਂ ਨੂੰ ਇਸ ਗੱਲ ਦਾ ਅਜੇ ਤੱਕ ਵੀ ਸ਼ਾਇਦ ਅਹਿਸਾਸ ਨਹੀਂ ਕਿ ਵਾਰਤਕ ਦਾ ਵੀ ਕੋਈ ਪਿੰਗਲ ਹੁੰਦਾ। ਮੈਂ ਮਹਿਸੂਸ ਕਰਦਾ ਵਾਰਤਕ ਦਾ ਵੀ ਪਿੰਗਲ ਹੁੰਦਾ, ਪਰ ਉਹ ਕਵਿਤਾ ਦੇ ਪਿੰਗਲ ਨਾਲੋਂ ਵੱਖਰਾ ਹੁੰਦਾ। ਉਹਦੇ ਵਿੱਚ ਦੇਖਣਾ ਪੈਂਦਾ ਕਿ ਜਿਹੜੀ ਜਿਹੜੀ ਗੱਲ ਤੁਸੀਂ ਪੇਸ਼ ਕਰ ਰਹੇ ਹੋ ਉਹਦੇ ਲਈ ਕਿਹੋ ਜਿਹੇ ਸ਼ਬਦਾਂ ਦੀ ਔਰ ਕਿੰਨੇ ਸ਼ਬਦਾਂ ਵਾਲੇ ਵਾਕ ਦੀ ਲੋੜ ਹੈ। ਕਿਤੇ ਗੱਲ ਜਿਹੜੀ ਤੁਸੀਂ ਦੱਸ ਰਹੇ ਹੋ ਉਹਦੇ ਲਈ ਤੁਸੀਂ ਸ਼ਬਦ ਲੋੜੋਂ ਵੱਧ ਤਾਂ ਨਹੀਂ ਵਰਤ ਰਹੇ ਜਾਂ ਲੋੜੋਂ ਘੱਟ ਤਾਂ ਨਹੀਂ ਵਰਤ ਰਹੇ? ਕੀ ਤੁਹਾਡੇ ਸ਼ਬਦਾਂ ਦਾ ਔਰ ਉਹਨਾਂ ਦੀ ਬੀਣ ਕਲਾ ਦਾ ਜਿਹੜਾ ਮੇਚਾ ਹੈਗਾ ਉਹਦੇ ਨਾਲ ਵਾਕ ਸਹੀ ਬਣਦਾ? ਮੈਂ ਸਮਝਦਾ ਹਾਂ ਕਿ ਵਾਰਤਕ ਦਾ ਵੀ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿੱਚ ਵੀ ਧੁਨੀ ਅਲੰਕਾਰ ਅਤੇ ਅਰਥ ਅਲੰਕਾਰ ਹੁੰਦੇ ਨੇ। ਕਹਿਣਗੇ ਨਵੀਂ ਗੱਲ ਹੀ ਗੱਲ ਹੈ, ਇੱਥੇ ਕਿਹੜੇ ਅਲੰਕਾਰ ਹੁੰਦੇ ਆ ਵਾਰਤਕ ਦੇ ਵਿੱਚ? ਪਰ ਹੁੰਦੇ ਆ। ਇਸੇ ਕਰਕੇ ਵਾਕ ਮੰਜੇ ਦੀ ਦੌਣ ਵਾਂਗ ਕਸਣੇ ਅਤੇ ਮੀਡੀਆਂ ਵਾਂਗ ਗੁੰਦਣੇ ਪੈਂਦੇ। ਸ਼ਬਦ ਵਰਤਣ ਵੇਲੇ ਵੇਖੀਦਾ ਕਿ ਵਾਕ ਲੰਮਕ ਨਾ ਜਾਵੇ ਜਾਂ ਉਹਦੇ 'ਚ ਝੋਲ ਨਾ ਪੈ ਜਾਵੇ। ਇਸੇ ਕਰਕੇ ਕਸਣਾ ਪੈਂਦਾ ਨਾ, ਦੌਣ ਆਪਾਂ ਇਸੇ ਕਰਕੇ ਕੱਸਦੇ ਹਾਂ ਕਿ ਮੰਜੇ 'ਚ ਝੋਲ ਨਾ ਪੈ। ਮੀਡੀਆਂ ਵੀ ਆਪਾਂ ਗੁੰਦਦੇ ਹਾਂ ਕਿ ਕੋਈ ਵਾਲ ਵੱਖਰੇ ਪਾਸੇ ਨਾਲ ਨਿਕਲ ਜਾਣ ਅਤੇ ਨਾਲ ਉਹਦੀ ਉਹਦੀ ਜਿਹੜੀ ਸਮਿਟਰੀ ਆ ਉਹ ਵੀ ਠੀਕ ਬਣੀ ਜਾਵੇ। ਇੰਦਰਿਆਵੀ ਰਸਾਂ ਦਾ ਵੀ ਖਿਆਲ ਰੱਖੀਦਾ। ਇੱਕ ਵਾਰੀ ਮੈਂ ਜਦੋਂ ਐਮ ਏ 'ਚ ਪੜ੍ਹਦੇ ਹੁੰਦੇ ਸੀ ਲੈਕਚਰ ਸੀਗਾ ਇੰਦਰਿਆਵੀ ਰਸਾਂ ਬਾਰੇ,
ਜਦੋਂ ਰਸਦਾਂਤ ਬਣਿਆ ਬਾਅਦ ਦੇ ਵਿੱਚ, ਪਹਿਲਾਂ ਬਣਿਆ ਹੋਇਆ ਪਰ ਇੰਦਰਿਆਵੀ ਰਸ ਜਿਹੜੇ ਹੈਗੇ ਆ ਕਿ ਸਾਡੀ ਜਿਹੜੀ ਨੱਕ ਦੀ ਆ, ਜੀਭ ਦੀ ਹੈਗੀ ਆ, ਅੱਖਾਂ ਦੀ ਆ, ਹੋਰ ਸਾਰੀਆਂ ਜਿਹੜੀਆਂ ਇੰਦਰੀਆਂ ਨੇ ਕੰਨਾਂ ਦੀ ਆ, ਇਹਨਾਂ ਦਾ ਵੀ ਰੱਜ ਹੋਵੇ ਕਿਸੇ ਵੀ ਲਿਖਤ ਦੇ ਵਿੱਚੋਂ, ਜਿਹੜਾ ਵਾਰਤਕ ਲਿਖਦਾ ਵਾਰਤਕ ਵਿੱਚੋਂ, ਜਿਹੜਾ ਕੋਈ ਹੋਰ ਲਿਖਦਾ ਉਹਦੇ ਵਿੱਚੋਂ। ਵਧੀਆ ਵਾਰਤਾ ਉਹ ਹੁੰਦੀ ਹੈ ਜਿਹਦੇ 'ਚ ਅੱਖਾਂ ਲਈ ਰੰਗ ਅਤੇ ਆਕਾਰ ਹੋਣ। ਜਿਵੇਂ ਮੈਂ ਉਹ ਕੁਦਰਤੀ ਲਿਖ ਬੈਠਾ ਕਿ ਉਹ ਤੋਂ ਉੱਚੇ ਉੱਚੇ ਜਿਹੜੇ ਟਾਵਰ ਸੀਗੇ ਔਰ ਹੇਠਾਂ ਵਿਛਿਆ ਹੋਇਆ ਘਾਹ ਸੀ, ਉਹਦਾ ਰੰਗ ਹਰਾ ਸੀ, ਉਹ ਜਿਹੜੇ ਪੀਲੇ ਰੰਗ ਦੇ ਸੀ ਗੁੰਮਦ। ਅੱਖਾਂ ਲਈ ਰੰਗ ਅਤੇ ਆਕਾਰ ਹੋਣ, ਕੰਨਾਂ ਲਈ ਧੁਨਾ, ਨੱਕ ਲਈ ਸੁਗੰਧਾਂ, ਜੀਭ ਲਈ ਜ਼ਾਇਕਾ ਅਤੇ ਜਿਸਮ ਲਈ ਸਪਰਸ਼ ਹੋਵੇ। ਇਹ ਗੱਲ ਮੈਂ ਮਹਿਸੂਸ ਕੀਤੀ ਜਦੋਂ ਰੂਸ ਦੇ ਨਾਵਲ ਦਿੱਲੀ ਯੂਨੀਵਰਸਿਟੀ ਤੋਂ ਲੈ ਕੇ ਪੜ੍ਹਦੇ ਹੁੰਦੇ ਸੀ, ਟਾਲਸਟਾਏ ਤੋਂ ਲੈ ਕੇ ਸ਼ੋਲੋਖੋਵ, ਦਾਸਟੋਵਸਕੀ, ਗੋਰਕੀ, ਹੋਰ ਸਾਰੇ, ਕਿ ਪਾਤਰ ਜਦੋਂ ਰੂਸ ਦੇ ਦਰਿਆਵਾਂ ਦੇ ਕਿਨਾਰੇ, ਉੱਥੋਂ ਦੇ ਕਜ਼ਾਕ ਜਦੋਂ ਉੱਥੋਂ ਦੇ ਖੇਤਾਂ ਦੇ ਵਿੱਚ ਕੰਮ ਕਰਦੇ, ਉਹਦੇ ਵਿੱਚ ਦੀ ਲੰਘਦੇ ਕਰਦੇ, ਉਹ ਸਾਰਾ ਕੁਝ ਇਹਨਾਂ ਮਹਿਸੂਸ ਹੁੰਦਾ ਸੀ ਜਿਵੇਂ ਅਸੀਂ ਖੁਦ ਉਹ ਜੇ ਨਹਿਰ ਤੈਰਦੇ ਤਰਦੇ ਸੀ ਜਾਂ ਦਰਿਆ ਤਰਦੇ ਸੀ, ਡਾਨ ਵਹਿੰਦਾ ਰਿਹਾ ਤਾਂ ਸਾਨੂੰ ਲੱਗਦਾ ਵੀ ਅਸੀਂ ਖੁਦ ਉਸ ਡਾਨ ਦੇ ਵਿੱਚ ਆਪ ਤੈਰ ਰਹੇ ਹਾਂ, ਆਪ ਉਹਦੇ ਕਿਨਾਰੇ 'ਤੇ ਬੈਠੇ ਹੋਏ ਹਾਂ। ਅਤੇ ਜੇ ਜਿਹੜਾ ਨਾਵਲ ਦਾ ਪਾਤਰ ਕਿਤੇ ਮੁੜਕੋ ਮੁੜਕੀ ਹੋਇਆ ਹੁੰਦਾ ਸੀ, ਹੁੰਮਸ ਦੇ ਵਿੱਚ ਹੋਇਆ ਹੁੰਦਾ ਸੀ, ਤਾਂ ਅਸੀਂ ਵੀ ਭਾਵੇਂ ਠੰਡੇ ਠਾਰ ਕਮਰੇ 'ਚ ਬੈਠੇ ਤਾਂ ਵੀ ਮਹਿਸੂਸ ਕਰਦੇ ਸੀ ਵੀ ਹੁੰਮਸ ਦੇ ਵਿੱਚ, ਗਰਮੈਸ਼ ਦੇ ਵਿੱਚ। ਕਲਾਮਈ ਵਾਰਤਕ ਲਿਖਣੀ ਲੈਮਈ ਕਵਿਤਾ ਲਿਖਣ ਦੇ ਤੁਲ ਹੈ। ਜਿਵੇਂ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਦਾ, ਉਵੇਂ ਮੈਂ ਵੀ ਵਗਦੇ ਪਾਣੀ ਅਤੇ ਰੌਣਕ ਦੀ ਪੌਣ ਜਿਹੀ ਵਾਰਤਕ ਰਚਨ ਦਾ ਰਿਆਜ਼ ਕਰਦਾ ਰਹਿੰਦਾ। ਮੈਨੂੰ ਲਿਖਣ ਲਈ ਕਿਹਾ ਗਿਆ ਕਿ ਮੁਹੰਮਦ ਅਲੀ ਬਾਰੇ ਲੇਖ ਲਿਖੋ। ਸੋ ਮੁਹੰਮਦ ਅਲੀ ਦੀ ਮੈਂ ਗੱਲ ਕਰਨ ਗਿਆ ਸੀ ਕਿ ਉਹਦੇ ਬਾਰੇ ਲੇਖ ਲਿਖਿਆ, ਤਾਂ ਮੈਂ ਪਹਿਲਾ ਫਿਕਰਾ ਹੁਣ ਪਹਿਲਾ ਫਿਕਰਾ ਤਾਂ ਮੁਹੰਮਦ ਅਲੀ ਦੀ ਮੁੱਕੇਬਾਜ਼ੀ ਬਾਰੇ ਬਣਦਾ ਜਾਂ ਉਹਦੀ ਜਿਹੜੀ ਦੁਨੀਆਂ ਦੇ ਵਿੱਚ ਮਾਨਤਾ ਉਹਦੇ ਬਾਰੇ ਬਣਦਾ ਕਿ ਉਹ ਗ੍ਰੇਟ ਕਿਹਾ ਜਾਂਦਾ ਅਤੇ ਮੁੱਕੇਬਾਜ਼ੀ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਮੁੱਕੇ ਚੱਲਦੇ ਨੇ। ਤਾਂ ਪਹਿਲੀ ਵਾਰੀ ਮੈਥੋਂ ਲਿਖਿਆ ਗਿਆ ਮੁਹੰਮਦ ਅਲੀ ਬਾਰੇ ਲਿਖਣਾ ਸ਼ਬਦਾਂ ਨਾਲ ਭੇਟ ਕਰਨਾ ਹੈ। ਹੁਣ ਅਰਥ ਤਾਂ ਇਹੀ ਨਿਕਲਦੇ ਆ ਕਿ ਸ਼ਬਦਾਂ ਨਾਲ ਭੇਟ ਕਰਨਾ, ਅਰਥ ਵੀ ਨਾ ਬਣਦੇ ਆ, ਪਰ ਇਹਦੇ 'ਚ ਉਹ ਅਲੰਕਾਰ ਨਹੀਂ ਬਣਦਾ, ਧੁਨੀ ਅਲੰਕਾਰ ਗਾਇਬ ਆ। ਫਿਰ ਮੈਂ ਕਿਹਾ ਮੁਹੰਮਦ ਅਲੀ ਬਾਰੇ ਲਿਖਣਾ ਸ਼ਬਦਾਂ ਨਾਲ ਘੁਲਣਾ ਹੈ, ਮੈਂ ਕਿਹਾ ਵੀ ਇਹ ਥੋੜ੍ਹਾ ਜਿਹਾ ਬਣ ਗਿਆ। ਫਿਰ ਮੈਂ ਨਹੀਂ, ਸ਼ਬਦਾਂ ਵੀ ਕੱਟੋ, ਇਹਨਾਂ ਦੇ ਲਫ਼ਜ਼ਾਂ ਲਿਆਓ। ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ, ਅਲੀ ਲਿਖਣਾ ਲਫ਼ਜ਼ ਘੁਲਣਾ, ਇਹ ਰਿਦਮ ਬਣਿਆ। ਹੁਣ ਤੁਸੀਂ ਦੇਖੋ ਵੀ ਕੀ ਭਾਰਤੀ ਲਿਖਣ ਵਾਲੇ ਇਸ ਤਰ੍ਹਾਂ ਸੋਚਦੇ ਕਿ ਉਹ ਆਪਣੇ ਫਿਕਰੇ ਨੂੰ ਇਸ ਤਰ੍ਹਾਂ ਵਾਰ ਵਾਰ ਮੋੜ ਕੇ ਸੋਧਣਾ ਚਾਹੁੰਦੇ ਆ, ਟਾਈਮ ਲਾਉਣਾ ਚਾਹੁੰਦੇ ਆ। ਪਰ ਇਹ ਮੈਂ ਲਾਇਆ ਮੈਥੋਂ ਹਾਲੇ ਤੱਕ ਵੀ ਪਹਿਲਾ ਫਿਕਰਾ ਜਿਹੜਾ ਹੈਗਾ ਉਹ ਪਹਿਲੀ ਵਾਰ ਕਾਮਯਾਬੀ ਨਾਲ ਨਹੀਂ ਲਿਖ ਹੋਇਆ, ਮੈਂ ਦੂਜੀ ਵਾਰੀ ਲਿਖਦਾ, ਤੀਜੀ ਵਾਰ ਬਿਲਕੁਲ ਉਵੇਂ ਹੀ ਜਿਵੇਂ ਸਿਰੇ ਦੇ ਰਾਗ ਵੀ ਕਈ ਵਾਰੀ ਪਹਿਲਾ ਸਟਾਰਟ ਲੌਂਗ ਲੈ ਲੈਂਦੇ ਆ, ਦੂਜਾ ਠੀਕ ਲੈਂਦੇ। ਕਿ ਜੇ ਵਾਰਤਕ ਦੀ ਆ ਨਾ ਆਪਣੀ ਉਹ ਗੱਲ ਕਰੀ ਚੱਲੋ, ਪੰਜਾਬੀ ਵਾਰਤਕ ਸ਼ੁਰੂ ਹੋਈ ਹੈਗੀ ਆ ਜਨਮ ਸਾਖੀਆਂ ਤੋਂ, ਹੁਕਮਨਾਮਿਆਂ ਤੋਂ, ਫਿਰ ਸਰਦਾਰਾਂ ਫਲੌੜੀ ਤੋਂ, ਫਿਰ ਚਮਤਕਾਰ ਭਾਈ ਵੀਰ ਸਿੰਘ ਦੇ, ਅਤੇ ਉਸ ਤੋਂ ਬਾਅਦ
ਜਿਸ ਵਾਰਤਕ ਨੇ ਸਾਡਾ ਧਿਆਨ ਖਿੱਚਿਆ ਨਾ, ਉਹ ਸੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਾਰਤਕ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਵਾਰਤਕ ਜਿਹੜੀ ਸੀਗੀ, ਪਹਿਲੀ ਵਾਰੀ ਅਹਿਸਾਸ ਹੋਇਆ ਵੀ ਹਾਂ ਯਾਰ ਵਾਰਤਕ ਜਿਹੜੀ ਹੈਗੀ ਆ ਇਹ ਕਲਾਤਮਕ ਹੋ ਸਕਦੀ ਹੈ। ਉਹ ਬਣਾਈ ਵਿਸ਼ੇ ਪੱਖ ਤੋਂ ਵੀ ਔਰ ਰੂਪਕ ਪੱਖ ਤੋਂ ਵੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ। ਅਤੇ ਇੱਥੇ ਮੈਂ ਦੱਸਦਾ ਜਾਵਾਂ ਕਿ ਇਹ ਬਣਦੀ ਕਿਵੇਂ ਹੈ। ਬਣਦੀ ਇਸ ਤਰ੍ਹਾਂ ਕਿ ਜਦੋਂ ਤੁਹਾਨੂੰ ਕੋਈ ਕਲਮ ਲਿਖਣਾ ਪਵੇ, ਇਹਦਾ ਮਤਲਬ ਇਹ ਬਈ ਤੁਹਾਡਾ ਹਰ ਹਫ਼ਤੇ ਜਾਂ ਹਰ 15 ਦਿਨ ਜਾਂ ਹਰ ਮਹੀਨੇ ਮਗਰੋਂ ਇਮਤਿਹਾਨ ਹੁੰਦਾ, ਤੁਸੀਂ ਹਫ਼ਤੇ ਬਾਅਦ ਕਲਮ ਲਿਖਦੇ ਆ ਨਾ, ਤੁਹਾਨੂੰ ਕਲਮ ਲਿਖਣ ਸਾਰ ਫਿਕਰ ਪੈ ਜਾਂਦਾ ਹੈ ਕਿ ਅਗਲੇ ਹਫ਼ਤੇ ਜਿਹੜਾ ਮੈਂ ਲਿਖਾਂ ਕੋਈ ਇਹ ਨਾ ਕਹੇ ਜਾਂ ਤਾਂ ਉਹੀ ਗੱਲ ਹੀ ਕਰਤੀ, ਕੋਈ ਨਵੀਂ ਗੱਲ ਕਿਉਂ ਨਹੀਂ ਕੀਤੀ, ਜਾਂ ਉਹਦੇ 'ਚ ਪਹਿਲਾਂ ਨੂੰ ਕੀਮਤ ਨਿਖਾ ਲਿਆਂਦਾ। ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਵਾਰਤਕ ਦਾ ਵਧੀਆ ਹੋਣਾ ਪ੍ਰੀਤ ਲੜੀ ਦਾ ਐਡੀਟਰ ਹੋਣ ਕਰਕੇ। ਜੇ ਉਹ ਐਡੀਟਰ ਨਾ ਹੁੰਦੇ ਪ੍ਰੀਤ ਲੜੀ ਦੇ, ਸੰਭਵ ਸੀ ਉਹ ਇਹੋ ਜਿਹੀ ਵਾਰਤਕ ਨਾ ਲਿਖ ਸਕਦੇ। ਉਹਨਾਂ ਦਾ ਇਮਤਿਹਾਨ ਹੁੰਦਾ ਸੀ, ਪਾਠਕ ਸੀ, ਉਹਨਾਂ ਨੇ ਚਿੱਠੀਆਂ ਜਾਂਦੀਆਂ ਸੀ, ਪਾਠਕਾਂ ਨਾਲ ਗੱਲਬਾਤ ਹੁੰਦੀ ਸੀ, ਤਾਂ ਉਹ ਪਹਿਲਾਂ ਨਾਲੋਂ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਉਹਦੇ ਵਿੱਚ ਪਹਿਲਾਂ ਨਾਲੋਂ ਨਵੇਂ ਮੁਹਾਵਰੇ, ਨਵੇਂ ਕਥਨ, ਨਵੀਆਂ ਗੱਲਾਂ, ਨਵਾਂ ਢੰਗ, ਨਵੀਆਂ ਉਪਮਾਵਾਂ, ਨਵੀਆਂ ਤੁਲਨਾਵਾਂ, ਇਹ ਚੀਜ਼ਾਂ ਲਿਆਉਂਦੇ ਸੀ। ਔਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਹ ਜਿਹੜੀ ਹੈਗੀ ਆ ਇੰਪਰੂਵਮੈਂਟ ਆਪਣੇ ਆਪ ਹੁੰਦੀ ਰਹਿੰਦੀ ਹੈ। ਇਹ ਗੱਲ ਹੈ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਤੋਂ ਬਾਅਦ ਜਿਸ ਵਾਰਤਕਾਰ ਨੇ ਸਾਨੂੰ ਸਭ ਤੋਂ ਜ਼ਿਆਦਾ ਟੁੰਬਿਆ, ਵੈਸੇ ਤਾਂ ਉਸ ਤੋਂ ਵਿਚਕਾਰੇ ਬਹੁਤ ਵਾਰਤਕਾਰ ਆਏ ਨੇ, ਕਮਲਾ ਕਾਲੀ ਆਇਆ ਹੈਗਾ, ਆਪਣੇ ਪ੍ਰਿੰਸੀਪਲ ਤੇਜਾ ਸਿੰਘ ਆਏ ਨੇ, ਬਲਬੀਰ ਸਿੰਘ, ਪੂਰਨ ਸਿੰਘ ਪ੍ਰੋਫੈਸਰ, ਉਹਨਾਂ ਦੀ ਆਪਣੀ ਤਰ੍ਹਾਂ ਦੀ ਸੀਗੀ, ਪਰ ਜਿਸ ਦੀ ਵਾਰਤਕ ਨੇ ਸਭ ਤੋਂ ਵੱਧ ਟੁੰਬਿਆ ਪੰਜਾਬੀਆਂ ਨੂੰ, ਪਾਠਕਾਂ ਨੂੰ, ਉਹ ਫਿਰ ਬਲਵੰਤ ਗਾਰਗੀ। ਬਲਵੰਤ ਗਾਰਗੀ ਦੀ ਵਾਰਤਕ ਦਾ ਨਖਰਾ ਹੀ ਕਮਾਲ ਹੈ, ਕਈ ਵਾਰੀ ਕਈਆਂ ਦਾ ਤਾਂ ਨਖਰਾ ਹੀ ਮਾਰ ਲੈਂਦਾ, ਆਪ ਵਿੱਚ ਹੋਵੇ ਕੁਛ ਨਾ ਹੋਵੇ। ਬਲਵੰਤ ਗਾਰਗੀ ਨੇ ਇੰਨੀ ਨਖਰੀਲੀ ਵਾਰਤਕ ਲਿਖੀ, ਖਸਤਾ ਕਰਾਰੀ ਵਾਰਤਕ ਲਿਖੀ ਕਿ ਭਾਵੇਂ ਉਹਦੇ ਨਾਲ ਰੱਜ ਹੋਵੇ ਨਾ ਹੋਵੇ, ਭਾਵੇਂ ਉਹ ਸਰੀਰ ਦਾ ਜੁੱਸੇ ਦਾ ਅੰਗ ਬਣੇ ਨਾ ਬਣੇ, ਪਰ ਸਵਾਦ ਪੂਰਾ ਦੇ ਜਾਂਦੀ ਸੀਗੀ ਉਹ। ਹੁਣ ਤੁਸੀਂ ਉਹਦੀਆਂ ਕਿਤਾਬਾਂ ਦੇ ਨਾਂ ਹੀ ਲੈ ਲਓ, ਸੁਰਮੇ ਵਾਲੀ ਅੱਖ, ਨਿੰਮ ਦੇ ਪੱਤੇ, ਹੁਣ ਬਲ ਸੰਤੋਖ ਸਿੰਘ ਧੀਰ, ਦੇਖਣੀ ਪਾਖੀ ਗੁਰਮੁਖ ਜਿਹਾ ਲੱਗਦਾ ਪਰ ਨਾਂ ਰੱਖਿਆ ਉਹਦਾ ਸੁਰਮੇ ਵਾਲੀ ਅੱਖ। ਹੁਣ ਸੁਰਮੇ ਵਾਲੀ ਅੱਖ ਨਾਂ ਹੀ ਬੜਾ ਮਤਲਬ ਕੈਚੀ ਹੈਗਾ। ਫਿਰ ਇਵੇਂ ਜਿਵੇਂ ਹੀ ਕਿਸੇ ਦਾ ਨਾਂ ਤੋਡੀਆਂ ਵਾਲਾ ਸੱਪ, ਬਰਿਆਮ ਆਪਣਾ ਦੂਜੇ ਜਿਹੜੇ ਹੈਗੇ ਨੇ ਹਰਨਾਮ ਸਿੰਘ ਸ਼ਾਨ, ਲਓ ਜੀ ਬਰਿਆਮ ਸਿੰਘ ਵੀ ਆ ਗਏ ਨਾ ਜੀ। ਮੈਂ ਬਰਿਆਮ ਸਿੰਘ ਕਿੱਡੀ ਵੱਡੀ ਉਮਰ ਆ, ਮੈਂ ਐਕਚੁਅਲੀ ਨਾ ਤੁਹਾਡੇ ਦੇਖਿਆ ਹੀ ਨਹੀਂ ਸੀਗਾ, ਅਤੇ ਲੈਣ ਲੱਗਾ ਸੀ ਨਾਮ ਹੈ ਹਰਨਾਮ ਸਿੰਘ ਦਾ, ਅਤੇ ਮੂੰਹੋਂ ਨਿਕਲ ਚੱਲਿਆ ਬਰਿਆਮ, ਅਤੇ ਬਰਿਆਮ ਪ੍ਰਗਟ ਹੋ ਗਿਆ। ਲਓ ਵੀ ਤਾੜੀਆਂ ਮਾਰ ਕੇ ਸਵਾਗਤ ਹੈ। ਲਓ ਜੀ ਹੁਣ ਤਾਂ ਫੁੱਲ ਝੜੀਆਂ ਵੀ ਚੱਲਣਗੀਆਂ ਅਤੇ ਅਨਾਰ ਵੀ ਚੱਲਣਗੇ। ਮੈਂ ਕਹਿ ਚੁੱਕਾ ਬਈ ਕਿਸੇ ਨੇ ਸ਼ਬਦਾਂ ਦਾ ਲੰਪੀਨ ਕਿਹਾ, ਪਰ ਐਡਾ ਵੱਡਾ ਜਿਹੜਾ ਰੁਤਬਾ ਮੈਨੂੰ ਮੇਰੇ ਜਿਉਂਦੇ ਜੀ ਦੇ ਦਿੱਤਾ ਬਰਿਆਮ ਸਿੰਘ ਨੇ,
ਪੰਜਾਬੀ ਵਾਰਤਕ ਦਾ ਉੱਚਾ ਬੁਰਜ ਕਹਿ ਕੇ ਇਹ ਵਰਿਆਮ ਸਿੰਘ ਦੀ ਵਰਿਆਮ ਦਿਲੀ ਹੈ। ਸੋ ਗੱਲ ਕਰ ਰਿਹਾ ਸੀਗਾ, ਮੈਂ ਅੱਜ ਆਪਣੇ ਤਜਰਬੇ ਸਾਂਝੇ ਕਰ ਰਿਹਾ ਕਿ ਵੀ ਇਹ ਜਿਹੜਾ ਜਿਵੇਂ ਲਿਖਦੇ ਹਾਂ ਨਾ, ਵਾਰਤਕ ਲਿਖਦੇ ਹਾਂ, ਇਹਦੇ ਪਿਛੋਕੜ 'ਚ ਕੀ ਹੈ, ਜਾਂ ਮੈਂ ਕਿਵੇਂ ਸੋਚ ਕੇ ਲਿਖਦਾ, ਜਾਂ ਮੈਂ ਕਿਵੇਂ ਫਿਕਰਾ ਕਰਦਾ, ਜਾਂ ਮੈਂ ਕਿਵੇਂ ਸ਼ਬਦ ਨਾਲ ਸ਼ਬਦ ਜੋੜਦਾ, ਜਾਂ ਵਾਕ ਨੂੰ ਵੱਡਾ ਜਾਂ ਛੋਟਾ ਕਰਦਾ, ਜਾਂ ਵਾਕ ਦੇ ਵਿੱਚ ਰਫਤਾਰ ਭਰਨੀਆਂ ਤਾਂ ਰਫਤਾਰ ਭਰਦਾ, ਜੇ ਉਸਨੂੰ ਅਜੇ ਮਤਲਬ ਆਰਾਮ ਨਾਲ ਚੱਲਣ ਦੇਣਾ ਤਾਂ ਫਿਰ ਉਸਨੂੰ ਭਾਵੇਂ ਲੰਬੇ ਦਾ ਵੀ ਹੋ ਜਾਵੇ ਤਾਂ ਵੀ ਜਰ ਲੈਣਾ। ਗਾਰਗੀ ਦੀ ਵਾਰਤਕ ਦੇ ਵਿੱਚ ਇੱਕ ਤਾਂ ਜਿਹੜੀ ਮਲਵਈ ਸ਼ਬਦਾਵਲੀ ਦੇ ਉਹ ਜਿਹੜੇ ਵੱਟਿਆਂ ਵਰਗੇ ਠੋਸ ਔਰ ਜੰਡਾਂ ਵਰਗੇ ਜਿਹੜੇ ਲਫਜ਼ ਸੀਗੇ ਨਾ, ਉਹਦਾ ਬਹੁਤ ਵੱਡਾ ਯੋਗਦਾਨ। ਦੂਜੀ ਗੱਲ ਹੈ ਵੀ ਉਹਨੂੰ ਉਹਦੇ ਕੋਲ ਇੱਕ ਪੇਂਡੂਪਣਾ ਵੀ ਸੀ ਅਤੇ ਸ਼ਹਿਰੀ ਨਫਸਤ ਵੀ ਸੀ। ਇਹਨਾਂ ਦੋਨਾਂ ਨੂੰ ਜੋੜ ਕੇ ਜਿਹੜੀ ਉਹਨੇ ਉਹਦੇ 'ਚ ਸ਼ਬਦਾਵਲੀ ਪਰੋਈ ਹੈ ਔਰ ਪੇਸ਼ਕਾਰੀ ਕੀਤੀ ਹੈ, ਉਹਨੂੰ ਖਸਤਾ ਕਰਾਰੀ ਬਣਾਇਆ ਔਰ ਉਹਦੇ ਲਈ ਇਹੋ ਜਿਹੇ ਲਫਜ਼ ਚੁਣੇ ਨੇ, ਜਿਵੇਂ ਜ਼ਿਕਰ ਕਰ ਰਿਹਾ ਸੀਗਾ ਕਿ ਵੀ ਹੁਣ ਕਿੱਥੇ ਹਰਨਾਮ ਸਿੰਘ ਸ਼ਾਨ ਅਤੇ ਕਿੱਥੇ ਉਹਦਾ ਸਿਰਲੇਖ ਦੁੱਧ ਵਿੱਚ ਬਰਾਂਡੀ। ਹੁਣ ਦੁੱਧ ਵਿੱਚ ਬਰਾਂਡੀ ਪਹਿਲਾਂ ਤਾਂ ਆਪਣੇ ਆਪ ਹੀ ਜਿਵੇਂ ਕਮਲ ਦਾ ਨਾਵਲਾ ਵਰਤਦੀ ਅੱਗ, ਬਈ ਨਾ ਦੁੱਧ ਦਾ ਮੇਲ ਨਾ ਬਰਾਂਡੀ ਦਾ ਮੇਲ, ਉਹ ਧਿਆਨ ਖਿੱਚਣ ਵਾਲੀ ਗੱਲ ਹੈ। ਹੁਣ ਕੁਛ ਜਿਹੜੇ ਇਹੋ ਜਿਹੇ ਲਫ਼ਜ਼ ਜਾਣ ਕੇ ਘੱਟਦੇ ਹੈ, ਬਈ ਧਿਆਨ ਖਿੱਚਿਆ ਜਾਵੇ, ਪੱਠ ਦਾ ਧਿਆਨ ਖਿੱਚੋ, ਦੁੱਧ ਅਤੇ ਬਰਾਂਡੀ ਇਹ ਕੀ ਹਿਸਾਬ ਦਾ ਹੋਇਆ, ਫਿਰ ਹਰਨਾਮ ਸਿੰਘ ਸ਼ਾਨ। ਹੁਣ ਸੁਰਮੇ ਵਾਲੀ ਅੱਖ ਦੇਖੋ ਕਿੱਥੇ, ਸੰਤੋਖ ਸਿੰਘ ਧੀਰ ਕਹਿੰਦੇ ਆ ਕਿ ਵੀ ਸਵੇਰ ਵੇਲੇ ਨਿਹੰਗਾਂ ਦੇ ਡੇਰੇ ਆ ਦੂਜਾ ਘੋੜਨਾ ਖੜਕਦਾ, ਸਾਧਾਂ ਦੇ ਉਹ ਦੂਜਾ ਜਿਹੜਾ ਹੈਗਾ ਦੋਲ ਖੜਕਦਾ, ਖੂਹ ਚੋਂ ਪਾਣੀ ਕੱਢਦੇ, ਅਤੇ ਜਿਹੜੇ ਘਰ ਸੰਤੋਖ ਸਿੰਘ ਧੀਰ ਠਹਿਰਿਆ ਹੋਵੇ ਉਹਦੇ ਘਰ ਸੁਰਮੇ ਦਾਣੀ 'ਚ ਸੁਰਮ ਚੋਂ ਖੜਕਦਾ ਲੈ। ਤੁਸੀਂ ਇੱਥੋਂ ਮਾਰਾ ਲਗਾਓ ਬਈ ਇਹ ਜਿਹੜਾ ਲਿਖਣ ਢੰਗ ਆ ਨਾ, ਇਹ ਕੈਚੀ ਹੈ, ਇਹਨੂੰ ਕੈਚੀ ਕਹਿੰਦੇ ਨੇ। ਹੁਣ ਅੰਮ੍ਰਿਤਾ ਪ੍ਰੀਤਮ ਬਾਰੇ ਲਿਖਣ ਲੱਗਿਆ ਕਹਿੰਦਾ ਕਿ ਉਹਨੇ ਦਿਨੀ ਅੰਮ੍ਰਿਤਾ ਪ੍ਰੀਤਮ ਅੰਮ੍ਰਿਤ ਕੌਰ ਹੁੰਦੀ ਸੀ, ਉਹਦੇ 'ਚ ਵਿਅੰਗ ਹੈ ਅੰਮ੍ਰਿਤ ਕੌਰ, ਅੱਜ ਹੁਣ ਉਹ ਅੰਮ੍ਰਿਤ ਕੌਰ ਹੋ ਕੇ ਉਹਦਾ 100 ਸਾਲ ਜਿਹੜਾ ਮਨਾਇਆ ਜਾ ਰਿਹਾ, ਉਹ ਅੰਮ੍ਰਿਤ ਕੌਰ ਜਿਹੜਾ ਹੈਗਾ ਨਾ, ਉਹਦੇ ਵਿੱਚ ਜਿਹੜੇ ਸ਼ਬਦ ਨੇ ਉਹ ਭਲਾ ਕੀ ਦੱਸਦੇ ਵੀ ਕੈਸੀ ਪਰਸਨੈਲਿਟੀ, ਅੰਮ੍ਰਿਤ ਦਾ ਨਾਂ ਅਤੇ ਫਿਰ ਗਾਂ ਕੌਰ, ਪਰ ਉਹਦਾ ਸਾਰੇ ਦਾ ਸਾਰਾ ਜਿਹੜਾ ਸੀਗਾ ਉਹ ਅੰਮ੍ਰਿਤ ਕੌਰ ਦੇ ਉਲਟ ਪੁਲਟੀ ਸੀਗਾ, ਉਦੋਂ ਹੁੰਦੀ ਸੀਗੀ ਕਹਿੰਦਾ, ਬਾਅਦ ਦੇ ਵਿੱਚ ਉਹ ਅੰਮ੍ਰਿਤਾ ਪ੍ਰੀਤਮ ਬਣੀ। ਤੋ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦਾ। ਰਜਿੰਦਰ ਸਿੰਘ ਬੇਦੀ ਦਾ ਹਾਸਾ ਮਸ਼ਹੂਰ ਸੀ, ਪਹਿਲਾ ਸੈਂਟੈਂਸ, ਕਿਸੇ ਦਾ ਨਾਮ ਮਸ਼ਹੂਰ ਹੁੰਦਾ, ਕਿਸੇ ਦਾ ਕੋਈ ਹੋਰ ਕਰਤੱਵ ਕੀਤਾ ਹੋਇਆ, ਕਿਸੇ ਖਿਡਾਰੀ ਦੇ ਕੀਤੇ ਹੋਏ ਗੋਲ, ਕਿਸੇ ਦੀ ਦਿੱਤੀ ਹੋਈ ਸਿੱਖਿਆ, ਕਿਸੇ ਦਾ ਕੋਈ ਹੋਰ, ਇਹ ਕਹਿੰਦਾ ਉਹਦਾ ਹਾਸਾ ਮਸ਼ਹੂਰ ਸੀ। ਹਾਸੇ ਨੂੰ ਜਾਣੀ ਖਿੱਚ ਪਾਉਣ ਵਾਸਤੇ ਕਿ ਪਾਠ ਥੋੜ੍ਹਾ ਜਿਹਾ ਉਹਦੇ ਵੱਲ ਨੂੰ ਧਿਆਨ ਦੇਵੇ ਵੀ ਹਾਸਾ ਮਸ਼ਹੂਰ ਹੁੰਦਾ ਹੋ ਸਕਦਾ। ਕਹਿੰਦਾ ਵੀ ਕਿਸੇ ਦਾ ਤਾਂ ਕੋਈ ਤਾਂ ਮੂੰਹ ਘੁੱਟ ਕੇ ਹੱਸਦੇ ਆ, ਕਈ ਮੂੰਹ ਖੋਲ੍ਹ ਕੇ ਹੱਸਦੇ ਆ, ਕਈਆਂ ਦੀਆਂ ਅੱਖਾਂ ਹੱਸਦੀਆਂ, ਕਈਆਂ ਦੇ ਬੋਲ ਹੱਸਦੇ ਆ। ਕਹਿੰਦਾ ਰਜਿੰਦਰ ਸਿੰਘ ਬੇਦੀ ਦਾ ਸਾਰਾ ਕੁਛ ਹੀ ਹੱਸਦਾ ਸੀ, ਸਾਫਾ ਵੀ, ਦਾੜੀ ਵੀ, ਮੂੰਹ ਵੀ ਅਤੇ ਗਿੱਟੇ ਵੀ। ਹੁਣ ਇਹ ਕਹਿਣ ਦਾ ਢੰਗ ਕੀ ਹੈ
ਕਿ ਥੋੜ੍ਹਾ ਇੱਕ ਤਾਂ ਨਵਾਂ ਹੈਗਾ, ਇੱਕ ਨਵੇਕਲਾ ਹੈਗਾ, ਧਿਆਨ ਖਿੱਚਣ ਵਾਲਾ ਢੰਗ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਤਰ੍ਹਾਂ ਉਹਨੇ ਵਰਤ ਕੇ ਫਿਰ ਉਹਨੇ ਕੀ ਕੀਤਾ, ਉਹਨੇ ਵੀ ਤਾਂ ਖੁਸ਼ਵੰਤ ਸਿੰਘ ਨੇ ਵੀ ਅਤੇ ਹੋਰ ਵੀ ਇੱਕ ਦੋ ਜਣੇ ਨੇ ਕਿ ਇਹਨਾਂ ਨੇ ਸੈਕਸ ਦਾ ਤੜਕਾ ਲਾਇਆ ਲਿਖਤਾਂ, ਉਹ ਜਿਹੜੀ ਕਿ ਸਾਡੇ ਪੰਜਾਬੀ ਦੇ ਵਿੱਚ ਗੱਲ ਕਹਿਣ ਕਹਿਣ 'ਚ ਵੀ ਸੰਗ ਆਉਂਦੀ ਹੈ, ਲਿਖਣ 'ਚ ਤਾਂ ਸੰਗਣੀ ਸੰਗ ਆਉਣੀ ਆਉਣੀ ਆ। ਇਹ ਨਿਸ਼ੰਗ ਹੋ ਕੇ ਉਹ ਗੱਲਾਂ ਕਹਿੰਦੇ ਰਹੇ ਅਤੇ ਕਈਆਂ ਨੂੰ ਇਸ ਕਰਕੇ ਚੰਗੀਆਂ ਲੱਗਦੀਆਂ ਰਹੀਆਂ, ਯਾਰ ਆ ਤਾਂ ਹੁਣ ਤਾਂ ਕਿਤੇ ਸੁਣੀਆਂ ਨਹੀਂ, ਅੱਜ ਤਾਂ ਮਤਲਬ ਪੜ੍ਹਨ ਵੀ ਮਿਲਣੀ। ਸੋ ਇਹਨਾਂ ਨੇ ਇਹ ਜਿਹੜੀ ਕਮਜ਼ੋਰੀ ਸੀਗੀ ਮਨੁੱਖੀ ਕਮਜ਼ੋਰੀ, ਉਹਦਾ ਵੀ ਫਾਇਦਾ ਉਠਾਉਂਦੇ ਰਹੇ ਲੇਖਕ, ਕਈ ਲੋਕ ਉਠਾਉਂਦੇ ਨਹੀਂ, ਪਰ ਸਾਡੇ ਵਰਗੇ ਬੰਦੇ ਹੋਣ ਬਲਰਾਮ ਸਿੰਘ ਵਰਗੇ, ਅਸੀਂ ਤਾਂ ਜੇ ਕਦੇ ਮਤਲਬ ਮਾੜੀ ਮੋਟੀ ਵੀ ਕਿਤੇ ਸੱਚੀ ਮੁੱਚੀ ਦੀ ਵੀ ਹੋਵੇ ਲੁਕੋਸ਼ ਹੋ ਕੇ ਕਰਦੇ ਹਾਂ, ਦੇਖੋ ਕਿਤੇ ਯਾਰ ਆਪਣੇ ਜਾਹ ਨਾ ਲੱਗ ਜੇ, ਯਾਰ ਇਹਦਾ ਬੰਦੇ ਹੀ ਇਹੋ ਜਿਹੀਆਂ ਗੱਲਾਂ ਕਰਦੇ ਲੱਗ ਫਿਰ ਵੀ ਜਾਂਦੀ ਹੈ। ਸੋ ਉਹਦੇ ਦੁੱਧ ਜਬਰਾਂ ਦੀ ਜਾਂ ਨਾਨਕ ਸ਼ਾਹੀ ਐਟ ਜਾਂ ਨਾਟਕ ਦੀ ਨਗਰਦਾਰ ਦੀ ਜਾਂ ਆਪਣੇ ਬਾਰੇ ਲਿਖਣਾ, ਆਪਣੀ ਇਨਸਾਨ ਜਾਂ ਕੌਡੀਆਂ ਵਾਲਾ, ਫਿਰ ਜਿਵੇਂ ਧਿਆਨ ਖਿੱਚੀਦਾ ਕਿ ਕਹਿੰਦਾ ਮੈਂ ਆਪਣੀ ਛਾਂ ਆਪਣੇ ਬਾਰੇ ਲੇਖ ਲਿਖਦਾ ਕਿ ਮੈਂ ਉਹਦੀਆਂ ਬਦਨੀਤੀਆਂ ਨੂੰ ਵੀ ਜਾਣਦਾ, ਪਹਿਲਾਂ ਕਹਿੰਦਾ ਉਹਦਾ ਨਾਂ ਹੀ ਲਓ ਗਾਰਗੀ ਕਿੰਨਾ ਕਿੰਨਾ ਬੋਕਸ ਨਾਂ, ਹੁਣ ਆਪਣੇ ਆਪ ਨੂੰ ਇਹ ਕਹਿ ਕੇ ਪਹਿਲਾਂ ਕਹਿੰਦਾ ਯਾਰ ਬੰਦਾ ਬੜਾ ਸੱਚ ਬੋਲਦਾ ਦੇਖੋ ਆਪਣੇ ਬਾਰੇ, ਹੁਣ ਇਹਨੂੰ ਸੱਚ ਬੋਲਦਿਆਂ ਬੋਲਦਿਆਂ ਫਿਰ ਉਹ ਜਿਹੜੀ ਵਡਿਆਈ ਕਰਦਾ ਵੀ ਇੱਥੇ ਮੇਰੇ ਕੋਲ ਤਾਂ ਫਲਾਨੀ ਵੀ ਆਉਂਦੀ ਸੀ, ਫਲਾਨਾ ਵੀ ਆਉਂਦਾ ਸੀ, ਆਹ ਵੀ ਉੱਥੇ ਚਾਹ ਬਣਾ ਕੇ ਪੀ ਜਾਂਦੇ ਸੀ, ਇਹ ਸੀ ਉਹ ਸੀ, ਇਹੀਆਂ ਗੱਲਾਂ ਕਰਨ ਦਾ ਮਤਲਬ ਇਹੀ ਹੁੰਦਾ ਕਿ ਵੀ ਕਿਵੇਂ ਉਹ ਆਪਣੀ ਲਿਖਤ ਨੂੰ ਕੈਚ ਕਰਦਾ ਅੱਗੇ। ਅਤੇ ਇੱਕ ਗੱਲ ਮੈਂ ਇਹ ਜਿਹੜੀ ਸ਼ੁਰੂਆਤ ਹੈ ਤੁਹਾਡੀ ਲੇਖਣੀ ਦੀ, ਕੁਛ ਵੀ ਲਿਖੋ ਉਹ ਬੜੀ ਕੈਚੀ ਹੋਣੀ ਚਾਹੀਦੀ ਹੈ, ਕਦੇ ਵੀ ਬੋਝਲ ਫਿਕਰਾ ਜਿਹੜਾ ਜੇ ਪਹਿਲਾਂ ਉਹ ਨਹੀਂ ਬਰਦਾਸ਼ਤ ਕਰਨਾ, ਉਹ ਫਿਕਰਾ ਜਿਹੜਾ ਹੈਗਾ ਪਹਿਲਾਂ ਉਹ ਇਸ ਤਰ੍ਹਾਂ ਦਾ ਤਰਾਸ਼ਿਆ ਹੋਵੇ, ਇਸ ਤਰ੍ਹਾਂ ਗੁੰਦਿਆ ਹੋਵੇ, ਪੀੜਿਆ ਹੋਵੇ। ਹੁਣ ਗੱਲ ਤਾਂ ਸਿੱਧੀ ਜੀ ਸੀਗੀ, ਮੈਂ ਸਫ਼ਰਨਾਮਾ ਲਿਖਣਾ ਸ਼ੁਰੂ ਕਰਨਾ ਸੀ, ਅੱਖੀਂ ਵੇਖਣਾ ਰੱਜੀਆਂ ਅਮਰੀਕਾ ਦਾ, ਕਿਵੇਂ ਸ਼ੁਰੂ ਕਰਾਂ, ਮੇਰੇ ਸਾਹਮਣੇ ਕਿਤੋਂ ਮੈਂ ਸ਼ੁਰੂ ਕਰ ਸਕਦਾ ਸੀ, ਡਿਜ਼ਨੀਲੈਂਡ ਤੋਂ ਕਰ ਸਕਦਾ ਸੀ, ਯੂਨੀਵਰਸਲ ਸਟੂਡੀਓ ਤੋਂ ਕਰ ਸਕਦਾ ਸੀ, ਲਾਸ ਵੇਗਸ ਜਾਂ ਰੀਨੋ ਤੋਂ ਕਰ ਸਕਦਾ ਸੀ, ਫਿਰ ਦਿੱਲੀ ਤੋਂ ਵੀ ਕਰ ਸਕਦੇ, ਦਿੱਲੀ ਐਮਬੈਸੀ ਤੋਂ ਕਰਨ ਬਾਰੇ ਖਿਆਲ ਆਇਆ ਕਿ ਜਦੋਂ ਮੈਂ ਵੀਜ਼ਾ ਲੈਣ ਗਿਆ, ਤੁਹਾਨੂੰ ਵੀਜ਼ਾ ਲੈਣ ਗਿਆ ਉੱਥੇ ਕਿੰਨੇ ਹੀ ਦ੍ਰਿਸ਼ ਸੀਗੇ, ਤਾਂ ਮੈਂ ਉਹ ਦ੍ਰਿਸ਼ ਜਿੱਥੋਂ ਮੈਨੂੰ ਪਾਸਪੋਰਟ ਦਿੰਦੀ ਹੈਗੀ ਆ ਲੜਕੀ, ਮੈਂ ਕਿਹਾ ਵੀ ਆਹ ਠੀਕ ਆ, ਵਾਰੀ ਜਿਹੜੀ ਹੈਗੀ ਆ ਨਾ ਇਹ ਧਿਆਨ ਖਿੱਚੂਗੀ। ਹੁਣ ਵਾਰੀ 'ਚ ਕੁੜੀ ਬਹੁਤ ਸੋਹਣੀ ਸੁਨੱਖੀ ਬੈਠੀ ਸੀ ਅਮਰੀਕਨ, ਮੈਂ ਕਿਹਾ ਵੀ ਕੁੜੀ ਦਾ ਭਾਵੇਂ ਸਧਾਰਨ ਹੀ ਹੋਵੇ ਉਹ ਵੀ ਧਿਆਨ ਖਿੱਚ ਲੈਂਦੀ ਹੈ, ਤਾਂ ਅਮਰੀਕਾ ਦੀ ਕੁੜੀ ਸੀਗੀ ਬਹੁਤ ਸੋਹਣੀ ਬੈਠ ਲਿਆ, ਹੁਣ ਇਹੋ ਜਿਹੀ ਗੱਲ ਕਰ ਲਾਂਗੇ ਵੀ ਸੰਗ ਰਿਹਾ ਮੈਂ, ਹਾਲਾਂਕਿ ਹੁਣ ਸੰਗਣ ਵਾਲੀ ਉਮਰ ਵੀ ਹੈ, ਲਿਖਦੇ ਦੇ ਵਿੱਚ ਤਾਂ ਕਿੱਥੇ ਸਾਥੋਂ ਹੋਣੀ ਸੀ। ਸੋ ਉਹ ਚ ਮੈਂ ਪਹਿਲਾਂ ਜਿਹੜਾ ਲਿਖਿਆ ਕਿ ਬੜੀ ਸੋਹਣੀ ਕੁੜੀ ਖਿੜਕੀ ਪਿੱਛੇ ਬੈਠੀ ਸੀ, ਹੁਣ ਇੱਕ ਤਾਂ ਖਿੜਕੀ ਦੇ ਪਿੱਛੇ ਕੋਈ ਬੈਠਾ ਹੋਵੇ ਨਾ, ਅਤੇ ਅਸੀਂ ਮਧੂ ਮੱਲੀ ਖਿੜਕੀ ਵੀ ਦੇਖ, ਹੁਣ ਇਹ ਖਿੜਕੀ ਸਫ਼ਰਨਾਮੇ ਦੀ ਵੀ ਹੈ, ਖਿੜਕੀ ਉਹ ਵੀ ਜਿੱਥੇ ਉਹ ਕੁੜੀ ਬੈਠੀ ਹੈ, ਖਿੜਕੀ ਲਈ ਜਿਹੜੇ ਉਹ ਲਫ਼ਜ਼ ਵਰਤੇ ਫਿਰ ਬੜੀ ਆ ਤਾਂ ਫਿਰ ਕੁੜੀ ਆ, ਬੜੀ ਸੁਣ ਕੁੜੀ ਖਿੜਕੀ, ਇਹ ਡਾੜੇ ਦੀ ਇੱਕ ਧੁਨੀ ਆ ਖਾਸ, ਉਹਨੂੰ ਵੀ ਲਿਆਉਣ ਦੀ ਉਸਨੇ ਬਾਰੀ ਪਿੱਛੇ ਵੀ ਕਹਿ ਸਕਦਾ ਸੀ। ਸੋ ਇਸ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ, ਫਿਰ ਉਸ ਤੋਂ ਬਾਅਦ ਉਹਦਾ ਜਿਹੜਾ ਰੰਗ ਰੂਪ, ਉਹਦੇ ਲੰਮੇ ਵਾਲ, ਉਹਦੀਆਂ ਅੱਖਾਂ, ਉਹਦਾ ਉਹ ਸਾਰਾ ਉਹ ਜਿਹੜਾ
ਤੇ ਗੱਲ ਇੱਥੇ ਮੁਕਾਈ ਕਿ ਵੀ ਇਹ ਕੁੜੀ ਤਾਂ ਜੇ ਵੀਜ਼ਾ ਦੇਣ ਤੋਂ ਇਨਕਾਰ ਵੀ ਕਰ ਦਿੰਦੀ ਤਾਂ ਵੀ ਕਹਿਣਾ ਜੀ ਤੁਹਾਨੂੰ ਭਾਗ ਵੀ ਘੱਟੋ ਘੱਟ ਦਰਸ਼ਨ ਤਾਂ ਹੋਏ। ਉਹ ਵਾਰਤਕ ਬਾਰੇ ਮੈਂ ਅਖੀਰ 'ਚ ਇਹੀ ਗੱਲ ਕਹਾਂਗਾ ਕਿ ਇਸ ਨੂੰ ਕੈਜੂਅਲੀ ਲੈਣ ਦੀ ਲੋੜ ਨਹੀਂ ਗੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਹੈਗੀ ਆ ਔਰ ਇਸ ਕਲਾ ਦੇ ਵਿੱਚ ਅੱਗੇ ਵਧਣ ਦੇ ਇਸ ਕਲਾ ਨੂੰ ਹੋਰ ਚਮਕਾਉਣ ਦੇ ਚਮਕਾਉਣ ਦੀ ਬੜੀ ਗੁੰਜਾਇਸ਼ ਪਈ ਹੈ ਕਿ ਲੋਕ ਐਸੀ ਵਾਰਤਕ ਨੂੰ ਯਾਦ ਰੱਖਣ, ਲੋਕ ਫਿਗਰਾਂ ਨੂੰ ਯਾਦ ਰੱਖਣ, ਲੋਕ ਇਹ ਦੇਖਣ ਕਿ ਜਦੋਂ ਉਸਨੇ ਕੋਈ ਆਹ ਵਿਸ਼ਾ ਪੇਸ਼ ਕੀਤਾ ਸੀਗਾ ਨਾ ਅਤੇ ਉਸ ਵਿਸ਼ੇ ਦਾ ਨਿਬਾਜ ਮੈਨੂੰ ਸਾਧਾ ਤੌਰ 'ਤੇ ਖਿਡਾਰੀ ਆ 100 ਮੀਲ ਦੀ ਆਪਣਾ 100 ਗਜ ਦੀ ਦੌੜ ਲਾਉਂਦਾ ਹੈਗਾ ਉਸ ਵੇਲੇ ਅਤੇ 100 ਗਜ ਦੀ ਦੌੜ ਲਾਉਂਦਿਆਂ ਜਿਸ ਵੇਲੇ ਦੌੜ ਫਿਨਿਸ਼ ਹੋ ਰਹੀ ਹੈ ਸਟਾਰਟ ਤੋਂ ਲੈ ਕੇ ਤਾਂ ਉਸ ਦੌੜ ਦੀ ਫਿਨਿਸ਼ ਹੁੰਦਿਆਂ ਜਦੋਂ ਫਿਨਿਸ਼ ਹੋਣੀ ਹੈ ਜੇ ਉੱਥੇ ਤੁਹਾਡਾ ਫਿਕਰਾ ਲੰਮਾ ਹੋ ਗਿਆ ਤਾਂ ਦੌੜ ਫਿਨਿਸ਼ ਕਾਹਦੀ ਹੋਣੀ ਆ, ਉੱਥੇ ਫਿਕਰਾ ਵੀ ਓਡੇ ਛੋਟਾ ਹੋਣਾ ਚਾਹੀਦਾ। ਬਹੁਤ ਛੋਟੇ ਛੋਟੇ ਫਿਕਰੇ ਫਿਰ ਉੱਥੇ ਕਰਦੀ ਰਹੇ ਆ ਜਿਸ ਵੇਲੇ ਤੁਹਾਡੇ ਕੋਲ ਖੁੱਲ੍ਹਾ ਟਾਈਮ ਆ ਉਸ ਵੇਲੇ ਫਿਕਰਾ ਲੰਬਾ ਵੀ ਹੋ ਸਕਦਾ, ਕਦੇ ਵੀ ਔਖਾ ਲਫ਼ ਜਿਹੜਾ ਹੈਗਾ ਕਦੇ ਵੀ ਇੱਕ ਤਰਫਾ ਲਫ਼। ਇਹ ਨਹੀਂ ਕਿ ਵੀ ਸੰਸਕ੍ਰਿਤ ਦੇ ਜਿਹੜੇ ਹਿੰਦੀ ਨੁਮਾ ਲਫ਼ਜ਼ ਹੈਗੇ ਨੇ ਉਹ ਵਰਤ ਕੇ ਅਸੀਂ ਵਿਦਵਾਨ ਨੂੰ ਸਾਬਤ ਕਰਨਾ ਆਪਣੇ ਆਪ ਨੂੰ, ਐਂ ਨਹੀਂ ਵਿਦਵਤਾ ਸਾਬਤ ਹੁੰਦੀ, ਉਹ ਫਿਕਰਿਆਂ ਨੂੰ ਉਹਨਾਂ ਸ਼ਬਦਾਂ ਨੂੰ ਤੁਹਾਨੂੰ ਛੱਡਣਾ ਪਊਗਾ, ਅਣਸਰਦ ਨੂੰ ਵਰਤਣਾ ਪਊਗਾ। ਇਵੇਂ ਜਿਵੇਂ ਉਰਦੂ ਫਾਰਸੀ ਵੱਲ ਦੇ ਫਿਕਰੇ ਹੈਗੇ ਨੇ ਆਪਣੇ ਸ਼ਬਦ ਹੈਗੇ ਨੇ ਉਹਨਾਂ ਨੂੰ ਵੀ ਸਾਨੂੰ ਉਸ ਤਰ੍ਹਾਂ ਵਰਤਣਾ। ਅਤੇ ਮੈਨੂੰ ਚੰਗੀ ਤਰ੍ਹਾਂ ਮੈਂ ਇਸ ਵੱਲੋਂ ਮਤਲਬ ਮੈਨੂੰ ਅਹਿਸਾਸ ਹੈ ਕਿ ਜਦੋਂ ਮੈਂ ਲਿਖਦਾ ਤਾਂ ਮੈਂ ਪੱਛਮੀ ਪੰਜਾਬ ਦਾ ਪਾਠ ਵੀ ਮੇਰੇ ਸਾਹਮਣੇ ਹੁੰਦਾ, ਪੂਰਬੀ ਪੰਜਾਬ ਦਾ ਵੀ ਸਾਹਮਣੇ ਹੁੰਦਾ, ਸੈਂਟਰਲ ਇੰਡੀਆ ਦਾ ਨਾ ਪੜ੍ਹਦਾ ਨਾ ਵਾਸਤਾ ਮੈਂ ਉਹ ਨਹੀਂ ਹੁੰਦਾ ਹੈਗਾ। ਅਤੇ ਮੈਂ ਉਹਨਾਂ ਵਰਗੇ ਹੀ ਜਿਹੜੇ ਲਫ਼ਜ਼ ਉਹ ਬੋਲਦੇ ਆ, ਜਿਹੜੇ ਲਫ਼ਜ਼ ਉਹਨਾਂ ਨੂੰ ਸੌਖੇ ਸਮਝ ਆਉਂਦੇ ਆ, ਮੈਂ ਉਹ ਲਫ਼ਜ਼ ਆਪਣੀ ਲਿਖਤ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ। ਤੋ ਇਸ ਤਰੀਕੇ ਨਾਲ ਮੈਂ ਲੱਗਿਆ ਹੋਇਆ। ਤੋ ਵਾਰਤਕ ਬਾਰੇ ਮੈਂ ਅਖੀਰ 'ਚ ਇਹੀ ਗੱਲ ਕਹਾਂ।